अमरजीत कौर नाँ दी औरत दा मर्डर होया सी। इस मर्डर दे विच इन्हां दा एक बंदा सी गोरखनाथ, इन्हां दे पिंड दा, वो इन्हां दी जमीन ठेके दे मौदा हुंदा सी ते उन्हें अमरजीत कौर दा जिहड़ा ATM चोरी करके तकरीब अलग अलग दिनां दे विच 2.5 लाख रुपया उन्हें कढवा लिया। अमरजीत कौर दा जेठ आ गया जिहड़ा कि सारा हिसाब किताब करदा हुंदा सी ते इहनू इहदे दिमाग 'च आई गल कि हुण इह हिसाब किताब लैणगे ते दैन इहनें आपदा इक भतीजा नाल लै के इस औरत दे सिर दे विच सट्टां मारियां। ते जदों इहदे लड़के नूं जिहड़ा कि बाहरले कंट्री रहिंदा सी वो जदों उन्हों इतलाह मिली तो वह इत्थे आए तो आके पोस्टमार्टम कराया तो इस औरत दे सिर दे विच 8 सट्टां लगियां हुई सन। ਇੱਕੀ ਨੂੰ ਪਿੰਡ ਪੇਦਨ ਥਾਣਾ ਪਾਸੋਂ ਵਿੱਚ ਇੱਕ ਅਮਰਜੀਤ ਕੌਰ ਨਾਂ ਦੀ ਔਰਤ ਦਾ ਮਰਡਰ ਹੋਇਆ ਸੀ। ਇਸ ਮਰਡਰ ਦੇ ਵਿੱਚ ਇਹਨਾਂ ਦਾ ਇੱਕ ਬੰਦਾ ਸੀ ਗੋਰਖਨਾਥ, ਇਹਨਾਂ ਦੇ ਪਿੰਡ ਦਾ, ਉਹ ਇਹਨਾਂ ਦੀ ਜ਼ਮੀਨ ਠੇਕੇ ਦੇ ਵਾਉਂਦਾ ਹੁੰਦਾ ਸੀ ਅਤੇ ਉਹਨੇ ਅਮਰਜੀਤ ਕੌਰ ਦਾ ਜਿਹੜਾ ATM ਚੋਰੀ ਕਰਕੇ ਤਕਰੀਬ ਅਲੱਗ ਅਲੱਗ ਦਿਨਾਂ ਦੇ ਵਿੱਚ 2.5 ਲੱਖ ਰੁਪਈਆ ਉਹਨੇ ਕਢਵਾ ਲਿਆ ਤਾਂ ਕੁਛ ਦਿਨਾਂ ਬਾਅਦ ਅਮਰਜੀਤ ਕੌਰ ਦਾ ਜੇਠ ਆ ਗਿਆ ਜਿਹੜਾ ਕਿ ਸਾਰਾ ਹਿਸਾਬ ਕਿਤਾਬ ਕਰਦਾ ਹੁੰਦਾ ਸੀ ਅਤੇ ਇਹਨੂੰ ਇਹਦੇ ਦਿਮਾਗ 'ਚ ਆਈ ਗੱਲ ਕਿ ਹੁਣ ਇਹ ਹਿਸਾਬ ਕਿਤਾਬ ਲੈਣਗੇ ਤਾਂ ਮੇਰੀ ਪੁੱਛਗਿੱਛ ਹੋਏਗੀ ਅਤੇ ਦੈਨ ਇਹਨੇ ਆਪਦਾ ਇੱਕ ਭਤੀਜਾ ਨਾਲ ਲੈ ਕੇ ਅਤੇ ਇੱਕ ਮੁੰਡਾ ਜਿਹੜਾ ਦਾ ਭਤੀਜਾ ਸੀ ਉਹਦਾ ਨਾਂ ਹੈਗਾ ਡਿੰਪਲ ਕੁਮਾਰ ਅਤੇ ਅੱਗੇ ਇੱਕ ਇਹਨਾਂ ਦਾ ਹੋਰ ਰਿਸ਼ਤੇਦਾਰ ਪੁਸ਼ਪਿੰਦਰ ਪਾਲ, ਇਹਨਾਂ ਨੂੰ ਨਾਲ ਲੈ ਕੇ ਇਸ ਔਰਤ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ। ਅਤੇ ਜਦੋਂ ਇਹਦੇ ਲੜਕੇ ਨੂੰ ਜਿਹੜਾ ਕਿ ਬਾਹਰਲੇ ਕੰਟਰੀ ਰਹਿੰਦਾ ਸੀ ਉਹ ਜਦੋਂ ਉਹਨੂੰ ਇਤਲਾਹ ਮਿਲੀ ਤਾਂ ਉਹ ਇੱਥੇ ਆਏ ਅਤੇ ਆ ਕੇ ਪੋਸਟਮਾਰਟਮ ਕਰਾਇਆ ਅਤੇ ਇਸ ਔਰਤ ਦੇ ਸਿਰ ਦੇ ਵਿੱਚ 8 ਸੱਟਾਂ ਲੱਗੀਆਂ ਹੋਈਆਂ ਸਨ। 8 ਸੱਟਾਂ ਇਹਦੇ ਸਿਰ ਦੇ ਵਿੱਚ ਲੱਗੀਆਂ ਸਨ। ਪਹਿਲਾਂ 174 ਦੀ ਕਾਰਵਾਈ ਹੋਈ ਸੀ, ਬਾਅਦ ਦੇ ਵਿੱਚ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਾਇਆ ਗਿਆ ਅਤੇ ਅੰਡਰ ਸੈਕਸ਼ਨ 302 IPC ਦੇ ਤਹਿਤ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ਼ ਦਿੱਤਾ ਗਿਆ, ਜਿਹੜੀ ਕਿ ਸਾਡੀ CI ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਮੁਕੱਦਮੇ ਦੀ ਪੂਰੀ ਡੂੰਘਾਈ ਦੇ ਵਿੱਚ ਜਾ ਕੇ ਛਾਣਬੀਨ ਕਰਕੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਅੱਜ ਜਿਹੜਾ ਗ੍ਰਿਫਤਾਰ ਕਰ ਲਿਆ। ਅੱਜ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਵਾਂਗੇ ਅਤੇ ਹੋਰ ਵੀ ਅੱਗੇ ਜਿਹੜੀ ਪੁੱਛਗਿੱਛ ਕਰਾਂਗੇ। ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਡਿੰਪਲ ਹੈ, ਇਹਦੇ ਖਿਲਾਫ਼ ਪਹਿਲਾਂ ਵੀ ਇੱਕ ਪਰਚਾ 363 366 ਹੈ ਅਤੇ ਇਹ 12 ਪੋਕਸੋ ਐਕਟ ਦਾ ਜਿਹੜਾ 2012 'ਚ ਥਾਣੇ ਬਖਸ਼ੀ ਵਾਲੇ ਦੇ ਵਿੱਚ ਦਰਜ ਹੋਇਆ ਸੀ ਅਤੇ ਇਹਦੇ ਵਿੱਚੋਂ ਜਿਹੜੇ ATM 'ਚੋਂ ਇਹਨਾਂ ਨੇ ਪੈਸੇ ਕਢਾਏ ਨੇ ਉਹਨਾਂ ਦੀ ਵੀ ਜਿਹੜੀ ਬਰਾਮਦਗੀ ਉਹ ਅਸੀਂ ਕਰਵਾਵਾਂਗੇ। ਮਕਸਦ ਜੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ, ਚਾਹੇ ਤੁਸੀਂ ਧਿਆਨ ਨਾਲ ਸੁਣਿਆ ਨਾ ਸੁਣਿਆ ਹੋਵੇ, ਇਹ ਇਹਦੇ ਪਿੰਡ ਦੇ ਰਹਿਣ ਵਾਲੇ ਨੇ ਦੋ ਜਣੇ ਜੀ, ਗੋਰਖਨਾਥ ਅਤੇ ਡਿੰਪਲ, ਪਿੰਡ ਪਾਦਨੀ। ਅਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਹੈਗਾ ਪਿੰਡ ਸ਼ਾਮਲਾ ਦਾ ਜਿਹੜਾ ਹੈਗਾ ਰਹਿਣ ਵਾਲਾ, ਇਹਨਾਂ ਨੇ ਪੈਸੇ ਕਢਵਾ ਲਏ ਸੀ ATM ਚੋਰੀ ਕਰਕੇ ਇਸ ਬਜ਼ੁਰਗ ਔਰਤ ਦਾ। ਅਤੇ ਜਦੋਂ ਇਹਦਾ ਜੇਠ, ਇਹਦੇ ਆਪਣੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ, ਜਦੋਂ ਇਹਦਾ ਜੇਠ ਬਾਹਰਲੇ ਕੰਟਰੀ ਤੋਂ ਆਇਆ ਤਾਂ ਉਹ ਐਵਰੀ ਈਅਰ ਆ ਕੇ ਜਿਹੜਾ ਸਾਰਾ ਹਿਸਾਬ ਕਿਤਾਬ ਉਹ ਕਰਦਾ ਹੁੰਦਾ ਸੀ ਅਤੇ ਇਹਨਾਂ ਨੂੰ ਇਸ ਗੱਲ ਦਾ ਜਿਹੜਾ ਡਰ ਹੋ ਗਿਆ ਵੀ ਹਿਸਾਬ ਕਿਤਾਬ ਲੈਣਗੇ। ਅਤੇ ਇਹੋ ਹੀ ਬੰਦਾ ਜਿਹੜਾ ਘਰ ਦੇ ਵਿੱਚ ਰਹਿੰਦਾ ਸੀ, ਇਹਨਾਂ ਦੀ ਜਿਹੜੀ 21-22 ਕਿੱਲੇ ਜ਼ਮੀਨ ਸੀ ਉਹਨੂੰ ਠੇਕੇ 'ਤੇ ਮਾਉਂਦਾ ਹੁੰਦਾ ਸੀ ਅਤੇ ਇਹਨਾਂ ਨੇ ਇਸ ਡਰ ਦੇ ਮਾਰੇ ਹੀ ਜਿਹੜਾ ਇਸ ਔਰਤ ਦਾ ਜਿਹੜਾ ਕਤਲ ਕਰ ਦਿੱਤਾ। ਥੈਂਕ ਯੂ।
ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਨ, ਕਾਲ ਕਰੋ 9814560154, ਪਤਾ ਲੁਧਿਆਣਾ। ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਗੁਰੂ ਬਸ਼ੀਰ ਖਾਨ 9814560154।